ਸੋ ਜਿਹੜਾ ਅੱਜ 임ਰਾਨ ਖਾਨ ਨੇ ਕਿਹਾ ਕਿ ਉਹ ਪਾਕਿਸਤਾਨ ਨੂੰ حضرت ਮੁਹੰਮਦ ਸੱਲੱਲਾਹੁ ਅਲੈਹਿ ਵਾਲੀ ਵਸਲਮ ਦੀ ਸੋਚ ਵਾਲੀ ਰਿਆਸਤ ਮਦੀਨਾ ਦੀ ਤਰਜ਼ ਉਤੇ ਇਸਲਾਮੀ ਫਲਾਹੀ ਰਿਆਸਤ ਬਣਾਉਣਾ ਚਾਹੁੰਦੇ ਨੇ ਸੋਸ਼ਲ ਮੀਡੀਆ ਉਤੇ ਮਾਨਯ ਪਰਮੰਯ ਸੂਫੀ ਦਾਨਿਸ਼ਵਰ ਸ਼ੇਖ ਹਮਜ਼ਾ ਯੂਸਫ ਨਾਲ ਗੱਲਾਂ ਕਰਦੇ ਹੋਏ ਆ ਉਹਨਾਂ ਨੇ ਕਿਹਾ ਕਿ ਉਹ ਆਪਣੇ ਮੁਲਕ ਨੂੰ ਦੋ ਉਸੂਲਾਂ ਦੀ ਬੁਨਿਆਦ ਉਤੇ ਚਲਾਉਣਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ ਇੱਕ ਇਹੋ ਜਿਹੀ ਰਿਆਸਤ ਜਿਹੜੀ ਫਲਾਹੀ ਰਿਆਸਤ ਤੇ ਇਨਸਾਨੀ ਕਦਰਾਂ ਦਾ ਖਿਆਲ ਰੱਖਣ ਵਾਲੀ ਰਿਆਸਤ ਹੋਵੇ ਜਿੱਥੇ ਗਰੀਬ ਦਾ ਖਿਆਲ ਰੱਖਿਆ ਜਾਏ ਤੇ ਕਾਨੂੰਨ ਦੀ ਹਕਮਰਾਨੀ ਹੋਵੇ

ਖਾਰਜਾ ਮਾਮਲੇ ਦੇ ਵਜ਼ੀਰ ਸ਼ਾਹ ਮਹਿਮੂਦ ਕੁਰੀਸ਼ੀ ਨੇ ਕਿਹਾ ਕਿ ਹਕੂਮਤ ਨਾ ਸਿਰਫ ਆਪਣੀ ਮੌਜੂਦਾ ਆਇਨੀ ਮੁੱਦਤ ਪੂਰੀ ਕਰੇਗੀ ਬਲਕਿ ਲੋਕ ਆਉਂਦੇ ਆਮ ਇਲੈਕਸ਼ਨਾਂ ਵਿੱਚ ਉਹਨਾਂ ਨੂੰ ਇੱਕ ਵਾਰੀ ਫੇਰ ਭਾਰੀ ਅਕਸਰੀਅਤ ਨਾਲ ਜਿਤਵਾਨਗੇ ਮਲਤਾਨੀ ਚਿਕ ਤਕਰੀਬ ਨੂੰ ਖਿਤਾਬ ਕਰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਪੀਟੀਆਈ ਦੇ ਮਨਸ਼ੂਰ ਵਿੱਚ ਬਦ ਉਨਵਾਨੀ ਦਾ ਖਾਤਮਾ ਸ਼ਾਮਲੇ ਤੇ ਵਜ਼ੀਰ ਆਜ਼ਮ ਇਮਰਾਨ ਖਾਨ ਬਦ ਉਨਵਾਨੀ ਦੇ ਖਾਤਮੇ ਲਈ ਸਿਰ ਤੋੜ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਤਹਿਕੀਕ ਇਨਸਾਫ ਨਵੀਂ نسل ਨੂੰ ਮੁਲਕ ਵਿੱਚ ਇੱਕ ਮਜ਼ਬੂਤ ਨਿਜ਼ਾਮ ਰੋਸ਼ਨ ਮਸਤਕਬਲ ਤੇ ਵੱਡੇ ਅਰਸੇ ਲਈ ਤਰੱਕੀ ਦੇਣਾ ਚਾਹੁੰਦੇ ਨੇ ਇਤਲਾਮਤ ਨਿਸ਼ਰੀਆਤ ਬਾਰੇ ਵਜ਼ੀਰ-ਏ-ਮਮਲੁਕਤ ਦਾ ਕਹਿਣਾ ਹੈ ਕਿ ਹਕੂਮਤ ਪੈਟਰੋਲੀਅਮ ਉਦਯੋਗ ਉਤੇ ਟੈਕਸਾਂ ਨੂੰ ਘਟਾ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਚੋਖੀ ਸਹੂਲਤ ਮਿਲ ਸਕੇ ਬਿਲਾਵਲ ਪੁਟੋ ਜ਼ਰਦਾਰੀ ਦੀ ਤਕਰੀਰ ਦੇ ਹਦ ਅਮਲ ਉਤੇ ਵਜ਼ੀਰ-ਏ-ਮਮਲੁਕਤ ਨੇ ਕਿਹਾ ਕਿ ਆਵਾਮ ਨੂੰ ਸਰਦੀਆਂ ਵਿੱਚ ਬਿਜਲੀ ਦੇ ਹਰ ਯੂਨਿਟ ਉਤੇ رعایت ਦਿੱਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਮੌਜੂਦਾ ਹਕੂਮਤ ਕੇਸ ਦੇ ਵੱਤ ਤੋਂ ਵੱਤ ਜ਼ਖਾਇਰ ਲਬਨ ਲਈ ਗੈਸ ਦੇ ਵੱਤ ਤੋਂ ਵੱਤ ਜ਼ਖਾਇਰ ਲਬਨ ਲਈ ਕੋਸ਼ਿਸ਼ਾਂ ਕਰ ਰਹੀ ਹੈ ਤੇ एल एन जी नवे टर्मिनल ला रही है। कहा मकामी हकूमत सिंध च पीने साफ पानी ग्रीन लाइन ते नालिया की सफाई सने अवामी भलाई काम कर रही है सिंध च कानून चिकनी खराब हुक्मरानी महंगाई ते करप्शन दी वजह तो अवाम पाकिस्तान पीपल्स पार्टी दी हुकूमत तो छुटकारा चाहते ने ਸਮਾਨੇ ਦੇ ਵਜ਼ੀਰ ਹਮਾਦਜ਼ਰ ਨੇ ਬਰਾਮਦ ਹੋਈ ਗੈਸ ਦੀ ਔਸਤ ਕੀਮਤ ਅਸਥਾਈ ਕਾਨੂੰਨ ਬਣਾਉਣ ਉੱਤੇ ਜ਼ੋਰ ਦਿੱਤਾ ਹੈ ਤਾਂ ਜੋ ਬਹੁਤੀ ਸਰਦੀ ਚ ਉਹਦੀ ਤਲਬ ਨੂੰ ਪੂਰਾ ਕੀਤਾ ਜਾ ਸਕੇ ਇੱਕ ਟਵੀਟ ਵਿੱਚ ਉਹਨਾਂ ਕਿਹਾ ਕਿ ਸਰਦੀਆਂ ਵਿੱਚ ਮਕਾਮੀ ਤੌਰ ਤੇ ਪੈਦਾ ਗੈਸ ਦੀ ਤਲਬ ਬੜੀ ਵੱਧ ਜਾਂਦੀ ਹੈ ਤੇ ਇਹ ਐਲ ਐਨ ਜੀ ਦੇ ਬਗੈਰ ਵੀ ਪੂਰੀ ਨਹੀਂ ਹੋ ਸਕਦੀ ਪਰ ਐਲ ਐਨ ਜੀ ਆਰੋਂ ਮੰਗਵਾਨ ਲਈ ਉਹਦੀ ਕੀਮਤ ਬਾਰੇ ਕਾਨੂੰਨੀ ਤਰੀਕਾ ਬਣਾਣਾ ਬੜਾ ਜ਼ਰੂਰੀ ਹੈ ਉਹਨਾਂ ਕਿਹਾ ਕਿ ਮੁਲਕ ਦੇ ਗੈਸ ਦੇ ਦੋ ਨਿਜ਼ਾਮ ਚੱਲ ਰਹੇ ਨੇ ਜਿਦੇ ਵਿੱਚ 70 ਫੀਸਦੀ ਮਕਾਮੀ ਗੈਸ ਦਾ ਨਿਜ਼ਾਮ ਹੈ ਜਦ ਕਿ 3 ਫੀਸਦੀ ਬਾਰੋਂ ਮੰਗਵਾਈ ਐਲ ਐਨ ਜੀ ਉੱਤੇ ਮੁਸਤਮਲ ਹੈ ਇਹ ਖਬਰਾਂ ਤੁਸੀਂ ਰੇਡੀਓ ਪਾਕਿਸਤਾਨ ਤੋਂ ਸੁਣ ਰਹੇ ਹੋ पाकिस्तान नेवाबार दे, 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 दे पाकिस्तान बारे धमकी हमेज जारहाना बयान उ अपने जवाबी रद्द दफ्तर मुफ्तर तर्जुमान आशिम इफ्तेखार ने कहा कि इस बयान तो जाहिर हों के भारत के अपने गुआढ़ी मुल्क बारे के इरादे ने ਉਨਾ ਕਹਿਆ ਕਿ ਭਾਰਤ ਦੀ ਪਾਕਿਸਤਾਨ ਦੇ ਖਿਲਾਫ ਘਟੀਆਂ ਮੁਹਿਮ ਨਾਲ ਉਹਦੇ ਭੜੇ ਇਰਾਦੇ ਸਾਹਮਣੇ ਆ ਗਏ ਨੇ। ਉਹਨਾਂ ਕਹਿਆ ਕਿ ਇਸ ਬਿਆਨ ਤੋਂ ਸਾਬਤ ਹੁੰਦਾ ਹੈ ਕਿ ਪੂਰੀ ਦੁਨੀਆ ਨੇ ਪਾਕਿਸਤਾਨ ਦੇ ਖਿਲਾਫ ਭਾਰਤ ਦੇ ਪ੍ਰਪੋਗੈਂਡਾ ਦਾ ਕੋਈ ਨੋਟਿਸ ਨਹੀਂ ਲਿਆ। ਉਹਨਾਂ ਕਹਿਆ ਕਿ ਫਰਵਰੀ 2019 ਚ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਜਿਹੜੀ ਭੜੀ ਹਰਕਤ ਕੀਤੀ ਸੀ ਪੂਰੀ ਦੁਨੀਆ ਨੇ ਉਸ ਵੇਲੇ ਪਾਕਿਸਤਾਨ ਦੀ ਦਿਫਾਈ ਸਲਾਯਤ ਨੂੰ ਮੰਨਿਆ ਸੀ। ਦਰچوان نے کیا کہ بھارت ਦੇ ਲੀਡਰ ਝੂਠ ਬੋਲਣੇ ਚ ਲੱਗੇ ਹੋਏ ਨੇ ਤੇ ਆਪਣੇ ਗਵਾਨੀਆਂ ਉਤੇ ਇਸ ਲਈ ਝੂਠੇ ਇਲਜ਼ਾਮ ਲਾ ਰਹੇ ਨੇ ਕਿ ਦੁਨੀਆ ਮਕਬੂਜ਼ਾ ਕਸ਼ਮੀਰ 'ਚ ਭਾਰਤ ਦੇ ਜ਼ੁਲਮਾਂ ਤੇ ਇਨਸਾਨੀਅਤ ਦੇ ਖਿਲਾਫ ਜੁਰਮਾਂ ਉਤੇ ਤਵਜੂ ਨਹੀਂ ਦਵੇ ਸੈਨੇਟਰ ਗੁਰਦੀਪ ਸਿੰਘ ਨੇ ਬਾਬਾ ਗੁਰੂ ਨਾਨਕ ਦੇ ਜਨਮ ਦਿਨ ਦੀ ਤਕਰੀਬਾਂ ਲਈ ਵਧੀਆ ਇੰਤਜ਼ਾਮ ਕਰਨ ਦੀ ਤਾਰੀਫ਼ ਕੀਤੀ ਹੈ। ਮੀਡੀਆ ਨਾਲ ਗੱਲਾਂ ਕਰਦਿਆਂ ਹੋਇਆਂ ਉਹਨਾਂ ਕਿਹਾ ਕਿ ਸਿੱਖ ਬਰਾਦਰੀ ਕਰਤਾਰਪੁਰ ਲਾਂਘੇ ਖੋਲਣ ਉੱਤੇ ਵਜ਼ੀਰ ਆਜ਼ਮ 임ਰਾਨ ਖਾਨ ਨੂੰ ਸਲਾਮ ਪੇਸ਼ ਕਰਦਿਏ। ਲਾਂਘਾ ਖੁੱਲਣ ਦੀ وجہ ਤੋਂ ਸਿੱਖ ਬਰਾਦਰੀ ਨੂੰ ਮਜ਼ਬੀ ਰਸਮਾਂ ਅਦਾ ਕਰਨ ਵਿੱਚ ਬੜੀ ਸਹੂਲਤ ਮਿਲੀ ਹੈ। ਸੈਨੇਟਰ ਗੁਰਦੀਪ ਦਾ ਕਹਿਣਾ ਸੀ ਕਿ ਸਿੱਖਾਂ ਨੂੰ ਪਾਕਿਸਤਾਨ ਨਾਲ ਬੜੀ ਮੁਹੱਬਤ ਹੈ। ਉਨਾ ਕਿਆ ਕਿ ਨউজਤ ਸਿੰਘ ਸਿੱਧੂ ਨੇ Imran Khan ਨੂੰ ਵੱਡਾ ਪ੍ਰਾ ਆਖ ਕੇ ਸਿੱਖ ਬਰਾਦਰੀ ਦੇ ਦਿਲ ਜਿੱਤ ਲੈਨੇ ਜੱਤ ਕੇ ਭਾਰਤੀ ਮੀਡੀਆ ਇਸ ਗੱਲ ਦਾ ਪਤੰਗੜ ਬਣਾ ਰਿਹਾ ਹੈ ਪਾਕਿਸਤਾਨ ਅਫਗਾਨਿਸਤਾਨ ਦੀ ਇਨਸਾਨੀ ਹਮਦਰਦੀ ਦੀ ਬੁਨਿਆਦ ਉੱਤੇ ਮਦਦ ਕਰਨ ਦੇ ਨਾਲ-ਨਾਲ ਦੂਜੀਆਂ ਕਾਰਵਾਈਆਂ ਵੀ ਕਰ ਰਿਹਾ ਹੈ ਪੰਜਾਬ ਦੇ وزیراعਲਾ ਸਰਦਾਰ ਉਸਮਾਨ ਬੁਜ਼ਾਰ ਨੇ ਕਿਹਾ ਕਿ ਇਲੈਕਟ੍ਰੋਨਿਕ VOTING ਮਸ਼ੀਨਾਂ ਸ਼ੁਰੂ ਕਰਨ ਤੋਂ اپੋਜੀਸ਼ਨ ਨੂੰ ਅਹਿਸਾਸ ਹੋਇਆ ਹੈ ਕਿ ਉਹਨਾਂ ਦਾ ਸਿਆਸੀ ਮੁਸਤਕਬਲ ਤਾਰੀਕ ਹੈ ਇਸ ਲਈ ਉਹ ਮਸ਼ੀਨਾਂ ਤੋਂ ਡਰ ਰਹੇ ਨੇ ਇੱਕ ਬਿਆਨ ਵਿੱਚ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਉਹਨਾਂ ਸਿਆਸਤਦਾਨਾਂ ਦਾ ਪਤਾ ਹੈ ਜਿਹੜੇ ਇਲੈਕਸ਼ਨ ਸ਼ਫਾਫ ਨਹੀਂ ਚਾਹੁੰਦੇ وزیراعਲਾ ਨੇ ਕਿਹਾ ਕਿ ਦੁਨੀਆ ਡਿਜੀਟਲ ਨਿਜ਼ਾਮ ਵੱਲ ਵਧ ਰਹੀ ਹੈ ਉਹਨਾਂ ਨੇ ਕਿਹਾ ਕਿ ਹਕੂਮਤ ਲੋਕਾਂ ਦੀ ਖਿਦਮਤ ਕਰ ਰਹੀ ਹੈ ਜਦਕਿ اپੋਜੀਸ਼ਨ ਪਿਛਲੇ 3 ਵਰਿਆਂ ਤੋਂ ਸਿਰਫ ਸ਼ੋਰ ਸ਼ਰਾਬਾ ਪਾ ਰਹੀ ਹੈ ਤੇ ਉਹ ਮੁਸਤਕਬਲ ਵਿੱਚ ਵੀ ਇਹੀ ਕਰਦੀ ਰਹੇਗੀ पाकिस्तान बंगलादेश तीन टी ट्वेंटी क्रिकेट मैच का आखिरी मैच अज टाका खेड जाएगा मैच दोपहरी एक बजे शुरू होगा पाकिस्तान सीरीज के पहले दो मैच जित चुके तक दबर मुक गई खबर तबसरिया वैबसाइट ए रेडियो डॉट जीओवी डॉट पीके का बुलेटिन रेडियो पाकिस्तान के फेसबुक पेज रेडियो पाकिस्तानी वेखिया सुनिया जा सकता